ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਛਵੀ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਇਸ ਸ਼ੋਅ ਦੇ ਵਿੱਚ, ਜਿਸ ਵਿੱਚ ਅਸੀਂ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਵੈਲਕਮ ਸਟੂਡੈਂਟ ਸਰਵਿਸਿਜ਼ ਦੇ MD ਮਿਸਟਰ ਜੋਗਾ ਸਿੰਘ ਦੇ ਨਾਲ। ਦਰਸ਼ਕੋ, ਜੇ ਅਸੀਂ ਵੈਲਕਮ ਸਟੂਡੈਂਟ ਸਰਵਿਸਿਜ਼ ਦੀ ਗੱਲ ਕਰੀਏ ਤਾਂ ਇਹ ਕੰਪਨੀ ਕਾਫੀ ਲੰਬੇ ਅਰਸੇ ਤੋਂ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਬੈਸਟ ਸਰਵਿਸਿਜ਼ ਦਿੰਦੀ ਆ ਰਹੀ ਹੈ। ਕੁਰੂਕਸ਼ੇਤਰ ਵਰਗੇ ਸ਼ਹਿਰ ਦੇ ਵਿੱਚ ਇਸ ਕੰਪਨੀ ਦਾ ਆਫਿਸ ਹੈ ਅਤੇ ਉੱਧਰਲੇ ਆਲੇ ਦੁਆਲੇ ਦੇ ਜਿਹੜੇ ਬੱਚੇ ਨੇ, ਰੂਰਲ ਏਰੀਆਜ਼ ਦੇ ਜਿਹੜੇ ਬੱਚੇ ਨੇ ਜਿਹੜੇ ਵੱਡੇ ਸ਼ਹਿਰਾਂ 'ਚ ਮੂਵ ਨਹੀਂ ਹੋ ਸਕਦੇ ਅਤੇ ਵੱਡੇ ਸ਼ਹਿਰਾਂ ਤੱਕ ਦੀਆਂ ਈਵਨ ਉਸ ਤੋਂ ਬੈਟਰ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਨੇ ਕੁਰੂਕਸ਼ੇਤਰ ਵਰਗੇ ਸ਼ਹਿਰ ਦੇ ਵਿੱਚ ਬਹਿ ਕੇ ਬੱਚਿਆਂ ਨੂੰ ਦੇ ਰਹੇ ਨੇ। ਔਰ ਸਿਰਫ ਕੁਰੂਕਸ਼ੇਤਰ ਦੇ ਜਾਂ ਉਸਦੇ ਆਸ ਪਾਸ ਦੇ ਹੀ ਸਟੂਡੈਂਟਸ ਨਹੀਂ, ਬਲਕਿ ਪੰਜਾਬ ਤੋਂ ਵੀ ਬਹੁਤ ਇਹੋ ਜਿਹੇ ਸਟੂਡੈਂਟਸ ਨੇ ਜਿਹੜੇ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਦੇ ਨੇ, ਇਹਨਾਂ ਤੋਂ ਆਪਣੀ ਫਾਈਲਸ ਪ੍ਰੋਸੈਸ ਕਰਵਾਉਂਦੇ ਨੇ ਅਤੇ ਬਾਹਰ ਜਾਣ ਦਾ ਆਪਣਾ ਸੁਪਨਾ ਜਿਹੜਾ ਉਹ ਸਾਕਾਰ ਕਰਦੇ ਨੇ। ਸੋ ਕੀ ਇਹਨਾਂ ਦਾ ਸਕਸੈਸ ਰੇਟ ਦਾ ਰਾਜ ਕਿਵੇਂ, ਹੁਣ ਤੱਕ ਇਹਨਾਂ ਨੇ ਇੰਨੀਆਂ ਅੱਛੀ ਸਰਵਿਸਿਜ਼ ਨੂੰ ਮੇਨਟੇਨ ਕਰਕੇ ਰੱਖਿਆ, ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਇਸ ਕੰਪਨੀ ਦੇ MD ਮਿਸਟਰ ਜੋਗਾ ਸਿੰਘ ਜੀ। ਸਭ ਤੋਂ ਪਹਿਲਾਂ ਸਰ, ਇਸ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਛਵੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ। ਬਿਲਕੁਲ ਦਰਸ਼ਕੋ, ਯਾਨੀ ਕਿ ਆਸਟ੍ਰੇਲੀਆ ਜਿਹੜਾ ਹੈਗਾ ਫਿਲਹਾਲ ਕਾਫੀ ਬੱਚੇ ਪ੍ਰੋਬਲਮਸ ਫੇਸ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਆਫਰ ਲੈਟਰਸ ਨਹੀਂ ਆ ਰਹੀਆਂ ਨੇ, ਪਰ ਫਿਲਹਾਲ ਹੁਣ ਜੋਗਾ ਜੀ ਬੱਚਿਆਂ ਨੂੰ ਕੀ ਐਡਵਾਈਸ ਹੈ ਕਿ ਉਹ ਵੇਟ ਕਰਨ ਜਾਂ ਉਹਨਾਂ ਨੂੰ ਕੋਈ ਸਟੈਪ ਚੁੱਕਣਾ ਚਾਹੀਦਾ? ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ, ਆਸਟ੍ਰੇਲੀਆ ਐਸਾ ਕੁਛ ਨਹੀਂ ਹੈ ਕਿ ਉਸ ਕੰਟਰੀ ਨੇ ਆਪਣੇ ਵੀਜ਼ੇ ਬੰਦ ਕਰਤੇ। ਲੋਕਾਂ ਦੇ ਵਿੱਚ ਧਾਰਨਾ ਇਹ ਬਣ ਗਈ ਅੱਜ ਦੀ ਡੇਟ ਦੇ ਵਿੱਚ ਕਿ ਆਸਟ੍ਰੇਲੀਆ ਨੇ ਵੀਜ਼ੇ ਬੰਦ ਕਰਤੇ। ਨਹੀਂ ਜੀ, ਆਸਟ੍ਰੇਲੀਆ ਨੇ ਵੀਜ਼ੇ ਬੰਦ ਨਹੀਂ ਕੀਤੇ। ਅੱਜ ਦੀ ਡੇਟ 'ਚ ਵੀ ਆਸਟ੍ਰੇਲੀਆ ਦੇ ਵੀਜ਼ੇ ਆ ਰਹੇ ਨੇ। ਤੁਸੀਂ ਸਾਡੇ ਕੋਲ ਆਪਣੀ ਫਾਈਲ ਲੈ ਕੇ ਆਓ, ਤੁਹਾਨੂੰ ਖੁਦ ਆਪਣੇ ਆਪ ਰਿਜ਼ਲਟ ਪਤਾ ਲੱਗ ਜਾਏਗਾ। ਮੈਂ ਉਹਨਾਂ ਬੱਚਿਆਂ ਨੂੰ ਤੁਹਾਨੂੰ ਮਿਲਵਾ ਸਕਦਾ ਜਿਨ੍ਹਾਂ ਬੱਚਿਆਂ ਦੇ ਹਜੇ ਅਸੀਂ ਰੀਸੈਂਟਲੀ ਆਸਟ੍ਰੇਲੀਆ ਦੇ ਵੀਜ਼ਾਸ ਕਰਵਾਏ ਨੇ। ਐਸਾ ਕੁਛ ਨਹੀਂ ਹੈ ਕਿ ਆਸਟ੍ਰੇਲੀਆ ਬੰਦ ਹੋ ਚੁੱਕਿਆ ਅੱਜ ਵੀ। ਹਾਂ, ਮੈਂ ਇਹ ਗੱਲ ਜ਼ਰੂਰ ਕਹਾਂਗਾ, ਥੋੜ੍ਹਾ ਜਿਹਾ ਪ੍ਰੋਸੈਸ ਜਿਹੜਾ ਹੈ ਉਹ ਸਲੋ ਹੋ ਗਿਆ ਕਿ ਜਿੱਥੇ ਮੰਨ ਲਓ ਪਹਿਲਾਂ ਬੱਚਿਆਂ ਦਾ ਇੱਕ ਮਹੀਨਾ ਲੱਗਦਾ ਸੀ, ਉਹ ਹੁਣ 10-15 ਦਿਨ ਜਾਂ ਮਹੀਨਾ ਫਾਲਤੂ ਲੱਗ ਸਕਿਆ। ਐਸਾ ਕੁਛ ਨਹੀਂ ਕਿ ਆਸਟ੍ਰੇਲੀਆ ਨੇ ਵੀਜ਼ੇ ਬੰਦ ਕਰ ਦਿੱਤੇ ਹੈ ਜੀ। ਅੱਜ ਵੀ ਆਸਟ੍ਰੇਲੀਆ ਵੀਜ਼ਾ ਇਸ਼ੂ ਕਰ ਰਿਹਾ। ਤੁਹਾਡੀ ਪ੍ਰੋਫਾਈਲ ਸਹੀ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਪ੍ਰੋਫਾਈਲ ਸਹੀ ਹੈ, ਅੱਜ ਵੀ ਤੁਹਾਡਾ ਵੀਜ਼ਾ ਹੈ। ਇਹ ਨਹੀਂ ਹੈ ਤੁਸੀਂ, ਪਰ ਉਹਦੇ ਵਿੱਚ ਮੈਂ 2-4 ਗੱਲਾਂ ਤੁਹਾਨੂੰ ਹੋਰ ਕਹਿਣਾ ਚਾਹਾਂਗਾ। ਇਹ ਨਹੀਂ ਹੈ ਕਿ ਤੁਸੀਂ 2012 ਦੇ ਵਿੱਚ ਪਲੱਸ ਟੂ ਕਰ ਲਈ ਔਰ ਅੱਜ ਤੁਸੀਂ 3-4 ਸਾਲ ਦਾ ਗੈਪ ਸ਼ੋਅ ਕਰਕੇ ਔਰ ਤੁਸੀਂ ਆ ਕੇ ਆਸਟ੍ਰੇਲੀਆ ਲਈ ਅਪਲਾਈ ਕਰਤਾ। ਮੰਨ ਲਓ ਤੁਹਾਡੇ 5.5 ਬੈਂਡ ਵੀ ਹੈ। ਨਹੀਂ ਜੀ, ਉਹ ਤੁਸੀਂ ਪ੍ਰੋਫਾਈਲ ਤੁਹਾਡੀ ਗਲਤ ਹੈ। ਉਹਦਾ ਉਹ ਮੈਂ ਉਸ ਫਾਈਲ ਨੂੰ ਫੜਾਂਗਾ ਹੀ ਨਹੀਂ ਜਿਹੜਾ ਇਸ ਤਰ੍ਹਾਂ ਦੀ ਪ੍ਰੋਫਾਈਲ ਆਏਗੀ। ਇਸ ਤਰ੍ਹਾਂ ਦਾ ਗੈਪ ਈਅਰ ਨਹੀਂ ਸ਼ੋ ਫੁਲਫਿਲ ਹੀ ਨਹੀਂ ਹੋ ਸਕਦਾ ਕਿਉਂਕਿ ਉਹ ਕਹਿ ਲੈਂਦੇ ਨੇ ਕਿ ਤੁਸੀਂ ਅੱਜ ਜਿਹੜਾ ਸਰਟੀਫਿਕੇਟ ਫੁਲਫਿਲ ਕਰ ਲਈ ਬਣਾਇਆ ਇਹ ਫੇਕ ਹੈ ਜਾਂ ਕੁਛ ਵੀ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਤੁਸੀਂ ਕੋਈ ਫੇਕ ਡਾਕੂਮੈਂਟ ਬਣਾਉਂਦੇ ਹੋ ਸਟੂਡੈਂਟ ਨੂੰ, ਬਟ ਉਹ ਕਹਿੰਦੇ ਨੇ ਇੰਨੇ ਗੈਪ ਨੂੰ ਐਕਸੈਪਟੇਬਲ ਨਹੀਂ ਕਰਦੇ। ਅੱਜ ਵੀ 5.5 ਬੈਂਡ ਦੇ ਉੱਤੇ ਆਸਟ੍ਰੇਲੀਆ ਦਾ ਵੀਜ਼ਾ ਆ ਰਿਹਾ, ਉਹ ਗੈਪ ਨੂੰ ਵੀ ਐਕਸੈਪਟ ਕਰ ਰਹੇ ਨੇ। ਬਟ ਜਿਹੜਾ ਤੁਹਾਡਾ ਗੈਪ ਹੈ ਉਹ ਬਿਲਕੁਲ ਜੈਨੂਅਨ ਹੋਣਾ ਚਾਹੀਦਾ, ਤਾਂ ਹੀ ਤੁਸੀਂ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹੋ ਜੀ। ਜੀ ਬਿਲਕੁਲ, ਯਾਨੀ ਕਿ ਜੇ ਤੁਹਾਡਾ ਗੈਪ ਹੈ ਉਸ ਗੈਪ ਨੂੰ ਪ੍ਰੋਪਰ ਤਰੀਕੇ ਨਾਲ ਜਸਟੀਫਾਈਡ ਜਿਹੜਾ ਕਰਨਾ ਬਹੁਤ ਹੀ ਜ਼ਿਆਦਾ ਲਾਜ਼ਮੀ ਹੁੰਦਾ। ਪਰ ਫਿਲਹਾਲ ਹੁਣ ਜਿਹੜੇ ਬੱਚੇ ਫਾਈਲਸ ਲਗਾ ਚੁੱਕੇ ਨੇ, 2-3 ਮਹੀਨੇ ਹੋ ਚੁੱਕੇ ਨੇ ਜੋਗਾ ਜੀ, ਉਹਨਾਂ ਦੀ ਆਫਰ ਲੈਟਰ ਨਹੀਂ ਆਈ, ਅਤੇ ਉਹਨਾਂ ਬੱਚਿਆਂ ਨੂੰ ਹੁਣ ਵਿਦਡਰਾਅ ਕਰਵਾ ਕੇ ਦੁਬਾਰਾ ਲਗਾਉਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਆਫਰ ਲੈਟਰ ਦੀ? ਮੈਂ ਇੱਥੇ ਇੱਕ ਦਰਸ਼ਕਾਂ ਨੂੰ ਇਹ ਗੱਲ ਬੱਚਿਆਂ ਨੂੰ ਕਹਿਣਾ ਚਾਹਾਂਗਾ, ਦੇਖੋ ਜੋ ਫਾਈਲ ਅੰਬੈਸੀ ਦੇ ਵਿੱਚ ਗਈ ਹੈ, ਠੀਕ ਹੈ, ਮੈਂ ਨਹੀਂ ਕਹਾਂਗਾ ਤੁਸੀਂ ਵਿਦਡਰਾਅਲ ਕਰੋ ਕਿਉਂਕਿ ਤੁਹਾਡਾ ਆਲਰੇਡੀ, ਦੇਖੋ ਹੁਣ ਤਾਂ ਡਿਸੀਜਨ ਆਉਣਾ, ਜਿਹੜਾ ਤੁਹਾਡਾ ਖਰਚਾ ਲੱਗ ਚੁੱਕਾ, ਤੁਸੀਂ ਅੰਬੈਸੀ ਫੀਸ ਜਮ੍ਹਾਂ ਕਰਵਾ ਚੁੱਕੇ ਹੋ, ਤੁਸੀਂ ਕਾਲਜ ਦੀ ਫੀਸ ਜਮ੍ਹਾਂ ਕਰਵਾ ਚੁੱਕੇ ਹੋ, ਤੁਹਾਡੀ ਮੰਨ ਲਓ COE ਆ ਚੁੱਕੀ ਹੈ, ਤੁਸੀਂ ਅਗਰ ਫਾਈਲ ਵਿਦਡਰਾਅਲ ਕਰਾਓਗੇ, ਤੁਸੀਂ ਫੰਡ ਲਈ ਪੈਸੇ ਖਰਚ ਚੁੱਕੇ ਹੋ ਜਾਂ ਤੁਹਾਡੇ ਆਪਣੇ ਫੰਡ ਸੀ ਜਾਂ ਤੁਸੀਂ ਕਿਤੋਂ ਅਰੇਂਜ ਕੀਤੇ, ਜੋ ਵੀ ਵਟਸਐਪ ਜੋ ਵੀ ਹੈ, ਮੈਂ ਇਹ ਨਹੀਂ ਕਹਾਂਗਾ ਤੁਸੀਂ ਫਾਈਲਾਂ ਵਿਦਡਰਾਅਲ ਕਰੋ। ਅਗਰ ਫਾਈਲਾਂ ਵਿਦਡਰਾਅਲ ਕਰੋਗੇ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ, ਤੁਸੀਂ ਰਿਜ਼ਲਟ ਦੀ ਵੇਟ ਕਰੋ। ਅਗਰ ਤੁਹਾਨੂੰ ਪ੍ਰੋਪਰ ਕਿਤੋਂ ਨਹੀਂ ਮਿਲਦੀ ਜਾਣਕਾਰੀ, ਤੁਸੀਂ ਸਾਡੇ ਕੋਲ ਆਓ, ਜਿੰਨਾ ਅਸੀਂ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ ਬਿਲਕੁਲ ਪ੍ਰੋਪਰ ਚੈਨਲ ਆ, ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਤੁਹਾਡੀ ਇਸ ਚੀਜ਼ 'ਚ ਹੈਲਪ ਕਰਾਂਗੇ ਕਿ ਅਗਰ ਤੁਹਾਡੀ ਫਾਈਲ 'ਚ ਕੋਈ ਕਮੀ ਹੈ, ਮੰਨ ਲਓ ਤੁਹਾਡਾ ਵੀਜ਼ਾ ਰਿਜੈਕਟ ਵੀ ਹੋਇਆ, ਫਿਰ ਵੀ ਤੁਸੀਂ ਮੇਰੇ ਨਾਲ ਆਪਣੀ ਆ ਕੇ ਫਾਈਲ ਡਿਸਕਸ ਕਰ ਸਕਦੇ ਹੋ ਕਿ ਤੁਹਾਡੀ ਫਰਕ ਫਾਈਲ ਦੇ ਉੱਤੇ ਅਸੀਂ ਪੂਰਾ ਵਰਕ ਕਰ ਸਕੀਏ, ਦੱਸ ਸਕੀਏ ਕਿ ਕਮੀ ਕਿੱਥੇ ਹੈ। ਕੋਈ ਵੀ ਇਸ ਕੰਟਰੀ ਇਹ ਨਹੀਂ ਕਹਿੰਦੀ ਕਿ ਤੁਹਾਡੀ ਇੱਕ ਵਾਰ ਰਿਜੈਕਸ਼ਨ ਲੱਗ ਗਈ ਤਾਂ ਤੁਸੀਂ ਉਸ ਕੰਟਰੀ ਲਈ ਦੁਬਾਰਾ ਨਹੀਂ ਅਪਲਾਈ ਕਰ ਸਕਦੇ, ਪਰ ਤੁਹਾਨੂੰ ਸਾਨੂੰ ਉਹ ਰਿਜੈਕਸ਼ਨ ਲੈਟਰ ਦੀ ਕਮੀ ਦੇਖਣੀ ਪਏਗੀ ਕਿ ਤੁਹਾਡੀ ਕਮੀ ਕਿੱਥੇ ਹੈ, ਅਸੀਂ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਸ ਕੰਮ ਵਿੱਚ ਤੁਹਾਡੀ ਹੈਲਪ ਕਰਾਂਗੇ ਜਿੰਨੀ ਕਰ ਸਕਦੇ ਹਾਂ ਜੀ।
जी बिल्कुल दर्शकों, उस दे लई जे तुसीं अपने एम्बैसी दे विच फाइल लगवा चुके हो, हले रिजल्ट नहीं तुहानूं मिल रहे ने, ऑफर लैटर नहीं मिल रही, उस दे लई एक वारी तुहानूं अपने फाइल का नंबर होना तुहाडे कोल बहुत ज़्यादा जरूरी है कि तुहाडी फाइल का नंबर की है। सो उस नंबर नूं लै के तुसीं इहनां कोल आ सकदे हो, एम्बैसी दे विच पता कर सकदे ने कि फाइल फिलहाल हले किहड़े प्रोसैस दे विच है, ऑफर लैटर कित्थे रुकी हुई है, या आएगी या नहीं आएगी, की डिसीजन होएगा। सो बट उस दे लई तुहाडे कोल अपने फाइल का नंबर होना बहुत ही जरूरी है। इस लई ਜਦੋਂ ਵੀ ਤੁਸੀਂ ਆਪਣੀ ਫਾਈਲ ਨੂੰ ਸਬਮਿਟ ਕਰਵਾਉਂਦੇ ਹੋ ਕਿਸੇ ਵੀ ਇੱਕ ਕੰਸਲਟੈਂਟ ਦੇ ਕੋਲ, ਤੁਸੀਂ ਆਪਣੀ ਫਾਈਲ ਦਾ ਨੰਬਰ ਜ਼ਰੂਰ ਲਵੋ, ਰਿਸੀਟਸ ਲੈ ਕੇ ਕਿ ਤੁਹਾਡੇ ਫਾਈਲ ਦਾ ਨੰਬਰ ਕੀ ਹੈ ਅੰਬੈਸੀ ਦੇ ਵਿੱਚ। ਹੁਣ ਬਹੁਤ ਸਾਰੇ ਬੱਚਿਆਂ ਦੇ ਵਿੱਚ ਇਹ ਧਾਰਨਾ ਗਲਤ ਫਹਿਮੀ ਵਿੱਚ ਬੱਚਿਆਂ ਨੂੰ, ਚਲੋ ਮਿਸਗਾਈਡ ਹੋ ਜਾਂਦੇ ਨੇ ਬੱਚੇ, ਮੈਂ ਇਹ ਨਹੀਂ ਗੱਲ ਕਹਿ ਰਿਹਾ, ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਸਭ ਨੇ ਆਪਣੀ ਰੋਟੀ ਕਮਾਉਣੀ ਹੈ, ਸਭ ਨੇ ਆਪਣਾ ਕੰਮ ਕਰਨਾ ਹੈ, ਪਰ ਕਈ ਵਾਰੀ ਨਾ ਉਹ ਮਿਸਗਾਈਡ ਹੋ ਕੇ ਬੱਚੇ, ਅੱਜ ਵੀ ਬੱਚਿਆਂ ਨੂੰ 3-3, 4-4, 5-5, 6-6 ਮਹੀਨੇ ਹੋ ਗਏ ਨੇ ਜਿਹੜੇ ਆਫਰ ਲੈਟਰਾਂ ਦੀ ਵੇਟ ਕਰਦੇ ਪਏ ਨੇ। ਮੈਂ ਤੁਹਾਨੂੰ ਇਹ ਗੱਲ ਨਹੀਂ ਕਹਿ ਰਿਹਾ ਕਿ ਮੈਂ ਅੱਜ ਹੀ ਤੁਹਾਨੂੰ ਆਫਰ ਲੈਟਰ ਦੇ ਦਾਂਗਾ, ਬਟ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਾਂਗਾ ਕਿ ਵੈਲਕਮ ਸਟੂਡੈਂਟ ਸਰਵਿਸਿਜ਼ ਦੀ ਟੀਮ ਜਲਦ ਤੋਂ ਜਲਦ, ਜਿੰਨੀ ਜਲਦੀ ਹੋ ਸਕਦੀ ਹੈ, ਵਿਦਇਨ 15 ਡੇਜ਼ ਔਰ 20 ਡੇਜ਼ ਦੇ ਵਿੱਚ ਤੁਹਾਨੂੰ ਅਸੀਂ ਆਫਰ ਲੈਟਰ ਅੱਜ ਵੀ ਪ੍ਰੋਵਾਈਡ ਕਰਵਾ ਦਾਂਗੇ ਜੀ। ਮੈਂ ਤੁਹਾਨੂੰ ਕਹਿ ਕੇ ਜਾਣਾ ਚਾਹਾਂਗਾ ਕਿ WSS ਦੀ ਟੀਮ ਜਿਹੜੀ ਹੈ ਉਹ ਅੱਜ ਵੀ ਤੁਹਾਨੂੰ 15-20 ਦਿਨ ਦੇ ਵਿੱਚ, 15 ਜਾਂ 20 ਦਿਨ ਦੇ ਵਿੱਚ ਮੈਕਸੀਮਮ ਟਾਈਮ ਲੈ ਰਿਹਾ ਕਿ ਤੁਹਾਨੂੰ ਬੈਚਲਰਸ ਵਾਸਤੇ ਔਰ ਮਾਸਟਰਸ ਵਾਸਤੇ ਅੱਜ ਵੀ ਤੁਹਾਨੂੰ ਆਫਰ ਲੈਟਰ ਅਸੀਂ ਪ੍ਰੋਵਾਈਡ ਕਰਵਾਵਾਂਗੇ ਜਲਦ ਤੋਂ ਜਲਦ। ਇਸੇ ਦੇ ਨਾਲ ਜੋਗਾ ਜੀ, ਹੁਣ ਸਪਾਊਸ ਵੀ ਜਿਹੜੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ, ਖਾਸ ਕਰਕੇ ਆਸਟ੍ਰੇਲੀਆ ਵਾਸਤੇ, ਤੇ ਕੀ ਤੁਸੀਂ ਸਪਾਊਸ ਕੇਸ 'ਚ ਡੀਲ ਕਰਦੇ ਹੋ? ਹਾਂ ਬਿਲਕੁਲ ਛਵੀ, ਸਪਾਊਸ ਕੇਸ ਦੇ ਵਿੱਚ ਅਸੀਂ ਡੀਲ ਕਰਦੇ ਹਾਂ, ਬਟ ਉਹਦੇ ਵਿੱਚ ਇਹ ਨਹੀਂ ਹੈ ਪਿੱਛੇ ਜੇ ਕੀ ਹੋਇਆ ਕਿ ਬੱਚਿਆਂ ਨੇ, ਮਤਲਬ ਜਿਸ ਤਰ੍ਹਾਂ ਹਸਬੈਂਡ ਵਾਈਫ ਨੇ ਰੀਸੈਂਟਲੀ ਮੈਰਿਜ ਹੋਈ ਉਹਨਾਂ ਦੀ, ਔਰ ਉਹਨਾਂ ਫਾਈਲ ਜਿਹੜੀ ਆ ਅੰਬੈਸੀ ਦੇ ਵਿੱਚ ਪੁੱਟਅਪ ਕਰ ਦਿੱਤੀ, ਜਿਸ ਕਰਕੇ ਅੰਬੈਸੀ ਨੂੰ ਇਹ ਲੱਗਾ ਕਿ ਇਹਨਾਂ ਨੇ ਜਿਹੜਾ ਵਿਆਹ ਹੈ ਜੀ ਉਹ ਸਿਰਫ ਬਾਹਰ ਜਾਣ ਵਾਸਤੇ ਹੀ ਕੀਤਾ, ਜਿਹਦੇ ਕਰਕੇ ਬਹੁਤ ਸਾਰਾ ਫਾਈਲਾਂ ਜਿਹੜੀਆਂ ਉਹ ਰਿਜੈਕਟ ਹੋਈਆਂ, ਬੱਚਿਆਂ ਦੇ ਪੈਸੇ ਜਿਹੜੇ ਸੀਗੇ ਜਿਹੜੇ ਉਹਨਾਂ ਨੇ ਫਾਈਲ ਦੇ, ਅੰਬੈਸੀ ਫੀਸਾਂ ਹੋਰ ਬਹੁਤ ਸਾਰੇ ਖਰਚੇ ਹੁੰਦੇ ਨੇ, ਕਿਉਂਕਿ ਫਾਈਲ ਜਮ੍ਹਾਂ ਕਰਵਾਉਣ ਤੱਕ ਉਹਨਾਂ ਦਾ 1-1.5 ਲੱਖ ਰੁਪਇਆ ਲੱਗ ਚੁੱਕਾ ਹੁੰਦਾ ਹੈ, ਉਹ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਰਿਜੈਕਟ ਹੋ ਗਏ। ਅਗਰ ਤੁਹਾਡੀ ਮੈਰਿਜ ਜੈਨੂਅਨ ਹੈ, ਤੁਹਾਡੀ ਮੈਰਿਜ ਤੁਸੀਂ ਕਰਵਾਈ ਹੈ, ਤੁਹਾਡੇ ਪ੍ਰੋਪਰ ਚੈਨਲ ਹੈ, ਤੁਹਾਡੇ ਕੋਲ ਪੂਰੇ ਡਾਕੂਮੈਂਟੇਸ਼ਨ ਹੈ, ਮੈਰਿਜ ਸਰਟੀਫਿਕੇਟ, ਤੁਹਾਡੇ ਫੋਟੋਗ੍ਰਾਫਸ, ਸੀਡੀਜ਼, ਐਵਰੀਥਿੰਗ ਜੋ ਕਿ ਅੰਬੈਸੀ ਰਿਕੁਆਇਰਡ ਹੈ, ਜੋ ਵੀ ਤੁਹਾਨੂੰ ਸਾਰੇ ਦੇ ਸਾਰੇ ਤੁਹਾਡੇ ਮੈਰਿਜ ਤੋਂ ਰਿਲੇਟਡ ਡਾਕੂਮੈਂਟ ਹੋਣਗੇ ਉਹ ਸਾਨੂੰ ਚਾਹੀਦੇ। ਅੱਜ ਵੀ ਸਪਾਊਸ ਵੀਜ਼ਾ ਹੋ ਰਿਹਾ ਜੀ, ਐਸਾ ਨਹੀਂ ਹੈ ਕਿ ਸਪਾਊਸ ਵੀਜ਼ਾ ਬੰਦ ਹੋ ਗਿਆ, ਅੱਜ ਵੀ ਸਪਾਊਸ ਵੀਜ਼ਾ ਹੋ ਰਿਹਾ ਜੀ। ਜੀ ਬਿਲਕੁਲ, ਯਾਨੀ ਕਿ ਵਿਆਹ ਹੈ ਜਿਹੜਾ ਤੁਹਾਡਾ ਉਹ ਜੈਨੂਇਨ ਹੋਣਾ ਚਾਹੀਦਾ ਆ, ਪ੍ਰੋਪਰ ਐਵੀਡੈਂਸ ਹੋਣੇ ਚਾਹੀਦੇ ਨੇ, ਪ੍ਰੋਪਰ ਤੁਹਾਨੂੰ ਪ੍ਰੂਫ ਹੈ ਜਿਹੜਾ ਕਰਨਾ ਪਏਗਾ, ਜਿਹੜਾ ਤੁਹਾਡਾ ਰਿਲੇਸ਼ਨਸ਼ਿਪ ਹੈ ਉਹ ਜੈਨੂਇਨ ਹੈ ਅਤੇ ਉਹਦਾ ਮੋਟੋ ਸਿਰਫ ਬਾਹਰ ਜਾਣਾ ਨਹੀਂ ਹੈ। ਸੋ ਜੋ ਤੁਸੀਂ ਅੰਬੈਸੀ ਦੇ ਵੀਜ਼ਾ ਆਫਿਸਰ ਦੇ ਇਹਨਾਂ ਸਵਾਲਾਂ ਨੂੰ ਤੁਸੀਂ ਸੈਟਿਸਫਾਈ ਕਰ ਦਿੰਦੇ ਹੋ ਤਾਂ ਤੁਹਾਡਾ ਸਪਾਊਸ ਵੀਜ਼ਾ ਵੀ ਜ਼ਰੂਰ ਐਕਸੈਪਟ ਹੁੰਦਾ ਆ। ਫਿਲਹਾਲ ਹੁਣ ਅਸੀਂ ਜੇ ਆਸਟ੍ਰੇਲੀਆ ਦੇ ਕਮਿੰਗ ਇਨਟੇਕਸ ਦੀ ਗੱਲ ਕਰੀਏ ਤਾਂ ਉਹ ਕਦੋਂ ਤੋਂ ਸ਼ੁਰੂ ਹੋ ਰਹੇ ਨੇ ਅਤੇ ਕਿੰਨੀ ਦੇਰ ਪਹਿਲੇ ਆ ਜਿਹੜੀਆਂ ਫਾਈਲਸ ਉਹ ਲੱਗਣੀਆਂ ਚਾਹੀਦੀਆਂ ਨੇ? ਜੋ ਬੱਚੇ ਜਿਸ ਤਰ੍ਹਾਂ ਹੁਣ ਕਿ ਪਲੱਸ ਟੂ ਦਾ ਬੱਚਿਆਂ ਦਾ ਰਿਜ਼ਲਟ ਆ ਗਿਆ ਜੀ, ਜਿਨ੍ਹਾਂ ਨੇ ਬੱਚਿਆਂ ਨੇ ਆਈਲੈਟਸ ਕਰ ਲਿਆ ਉਹਨਾਂ ਨੂੰ ਹੁਣ ਤੋਂ ਆਸਟ੍ਰੇਲੀਆ ਦੀ ਫਾਈਲ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਡਾਕੂਮੈਂਟ ਨੇ ਉਹ ਤਿਆਰ ਹੁੰਦੇ ਨੇ, ਬੱਚਿਆਂ ਨੂੰ ਤਿਆਰ ਕਰਦੇ ਕਰਦੇ ਕਾਫੀ ਟਾਈਮ ਲੱਗ ਜਾਂਦਾ। ਅਗਰ ਤੁਸੀਂ ਹੁਣ ਅਪਲਾਈ ਕਰਦੇ ਹੋ ਤਾਂ ਜਿਹੜਾ ਰੀਸੈਂਟਲੀ ਟੇਕ ਹੈ 1 ਜੁਲਾਈ-1 ਅਗਸਤ ਵਾਲਾ, ਉਹਦੇ ਵਿੱਚ ਤੁਸੀਂ ਐਲੀਜੀਬਲ, ਉਹਦੇ ਵਾਸਤੇ ਜਾਣ ਵਾਸਤੇ ਤੁਹਾਨੂੰ ਹੁਣ ਤੋਂ ਹੀ ਪ੍ਰੋਪਰ ਡਾਕੂਮੈਂਟ ਤਿਆਰ ਕਰਨੇ ਪੈਣਗੇ, ਤਾਂ ਤੁਸੀਂ ਇਸ ਇਨਟੇਕ ਲਈ ਅਪਲਾਈ ਕਰ ਸਕਦੇ ਹੋ। ਔਰ ਇੱਕ ਗੱਲ ਹੋਰ, 5.5 ਬੈਂਡ ਵਾਲਾ ਬੱਚਾ ਅੱਜ ਵੀ ਅਪਲਾਈ ਕਰ ਸਕਦਾ ਹੈ, ਐਸਾ ਕੁਛ ਨਹੀਂ ਹੈ ਕਿ ਪਹਿਲਾਂ ਬਹੁਤ ਸਾਰੀਆਂ ਨਿਊਜ਼ ਆਈਆਂ ਨੇ ਕਿ 5.5 ਵਾਲਾ ਬੱਚਾ ਨਹੀਂ ਕਰ ਸਕਦਾ, ਅੱਜ ਵੀ 5.5 ਬੈਂਡ ਵਾਲਾ ਬੱਚਾ ਆਸਟ੍ਰੇਲੀਆ ਲਈ ਅਪਲਾਈ ਕਰ ਸਕਦਾ ਹੈ। ਜੋਗਾ ਜੀ, ਕੈਨੇਡਾ ਵੀ ਬਹੁਤ ਬੱਚਿਆਂ ਨੇ ਜਿਹੜਾ ਅਪਲਾਈ ਕੀਤਾ ਸੀਗਾ ਅਤੇ ਕਈਆਂ ਦੇ ਵੀਜ਼ੇ ਜਿਹੜੇ ਰਿਫਿਊਜ਼ ਵੀ ਹੋਏ ਨੇ ਕੈਨੇਡਾ ਤੋਂ, ਅਤੇ ਉਹ ਕੇਸਿਸ ਜਿਹੜੇ ਜੇ ਆਸਟ੍ਰੇਲੀਆ ਲਗਾਉਣਾ ਚਾਹੁਣ ਤਾਂ ਲਗਾ ਸਕਦੇ ਨੇ? ਬਿਲਕੁਲ ਲਗਾ ਸਕਦੇ ਹੈ ਕਿ ਐਸਾ ਕੁਛ ਨਹੀਂ ਹੈ ਕਿ ਤੁਸੀਂ ਇਸ ਇੱਕ ਕੰਟਰੀ ਤੋਂ ਰਿਜੈਕਟ ਹੋ ਜੀ ਔਰ ਦੂਸਰੀ ਕੰਟਰੀ ਲਈ ਨਹੀਂ ਅਪਲਾਈ ਕਰ ਦਿੰਦੇ। ਠੀਕ ਹੈ, ਤੁਸੀਂ ਕੈਨੇਡਾ ਲਈ ਅਪਲਾਈ ਕੀਤਾ, ਸਪੋਜ਼ ਕਰੋ ਤੁਸੀਂ ਅਪਲਾਈ ਕੀਤਾ, ਤੁਸੀਂ ਕੈਨੇਡਾ ਲਈ ਅਪਲਾਈ ਕੀਤਾ, ਬਟ ਤੁਸੀਂ ਉਹ ਐਲੀਜੀਬਿਲਟੀ ਜਿਹੜੀ ਹੈ ਕੈਨੇਡਾ ਨੂੰ ਨਹੀਂ ਸੈਟੀਸਫਾਈਡ ਕਰ ਸਕੇ, ਕੀ ਪਤਾ ਉਹ ਹੀ ਐਲੀਜੀਬਿਲਟੀ ਜਿਹੜੀ ਹੈ ਤੁਸੀਂ ਆਸਟ੍ਰੇਲੀਆ ਨੂੰ ਸੈਟੀਸਫਾਈਡ ਕਰ ਸਕਦੇ ਹੋ, ਕਿਉਂਕਿ ਹਰ ਇੱਕ ਕੰਟਰੀ ਦੇ ਰੂਲ ਵੱਖਰੇ ਵੱਖਰੇ ਨੇ। ਕੈਨੇਡਾ ਨੇ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਤਾਂ ਇਹਦਾ ਮਤਲਬ ਇਹ ਥੋੜ੍ਹੀ ਕਿ ਤੁਹਾਡੇ ਰਸਤੇ ਜਿਹੜੇ ਉਹ ਆਸਟ੍ਰੇਲੀਆ ਲਈ ਵੀ ਬੰਦ ਹੋ ਗਏ ਆ, ਨਿਊਜ਼ੀਲੈਂਡ ਲਈ ਬੰਦ ਹੋ ਗਏ, ਐਸਾ ਕੁਛ ਨਹੀਂ ਹੈ। ਤੁਸੀਂ ਅਗਰ ਕੈਨੇਡਾ ਰਿਫਿਊਜ਼ ਲਓ ਜਾਂ ਨਿਊਜ਼ੀਲੈਂਡ ਤੋਂ ਰਿਫਿਊਜ਼ ਲਓ,
यू कैन अप्लाई, तुसी अप्लाई कर सकते हो, ऐसी कोई बंदिश नहीं है कि तुसी उत्थों रिफ्यूज हो गए, कनाडा तो रिफ्यूज हो गया और आस्ट्रेलिया लिए अप्लाई नहीं कर सकते, कर सकते हो, इजी कर सकते हो, कोई प्रॉब्लम। जोगा जी हुन आम तौर पर देख रहे हैं कि न्यूजीलैंड आस्ट्रेलिया से अज डिस्कस किया कि जो कुछ कंसल्टेंट्स होंगे ने पैकेज सिस्टम चला देंगे ने कि 6 लाख का पैकेज है आस्ट्रेलिया न्यूजीलैंड का या 7 लाख का या 10 लाख का पैकेज है, तुहानूं की लगता कि स्टूडेंट्स नूं इन्हां पैकेजेस दे विच जाना चाहिए? मैं बिल्कुल सलाह नहीं देवांगा छवी इस बारे, तुसी क्यों अपना पैसा खराब करते हो? जिहड़ा पैसा तुसी, मैनूं पता जी मोस्टली स्टूडेंट जिहड़ा उह पिंडां तों उठ के आंदा है, ठीक है जी, तुसी क्यों अपना पैसा खराब करते, क्यों पैकेज करते हो? मैनूं इह नहीं समझ आउंदी बच्चे क्यों पैकेज करते हैं, किहदे वास्ते पैकेज? उन्हां नूं लगता कि सिक्योरिटी हो जाएगी जी, वीजा आ ही जाएगा। ऐसा कुछ नहीं है कि पैकेज दे विच सिक्योरिटी है जी, सिक्योरिटी सिक्योरिटी उही है जिहड़ी तुहाडी जेब दे विच है जी, पैसा उही है जिहड़ा तुहाडी जेब दे विच है। असीं किसी बच्चे नूं सलाह नहीं देंदे कि तुसी पैकेज करो, ना असीं किसी बंदे तों बच्चे तों पैकेज करवाने जी, तुहानूं पूरा प्रोपर चैनल नाल इह दस्या जाएगा इन्नी तुहाडी एम्बैसी फीस है, आ साडे कंसल्टेंसी चार्जिस ने, आ तुसी यूनिवर्सिटी नूं, असीं फीस भी बच्चे तों खुद नहीं लैंदे जिहड़ी यूनिवर्सिटी नूं उहने पे करनी है, असीं बच्चे नूं कह दिंदे तुसीं अपने अकाउंट 'च इन्ना पैसा जमा करो और इत्थों ही अपने जिथे तुसीं कॉलेज नूं फीस पे करनी है, यानी कि एफ टी एस की फीस होगी और प्लस जिहड़ी कॉलेज की फीस है, एक साल का जिहड़ा एफ टी एस जांदा है जिहड़ा 15-16 लाख रुपया होंदा टोटली, वह तुसीं फीस अपने अकाउंट दे विच ही पे करनी है कॉलेज नूं। असीं किसी नूं पैकेज की सलाह नहीं देंदे क्यों पैसा खराब करते हो, 15-16 लाख तुहाडी फीस होगी, वीज़ा लग गया, 6 लाख रुपया तुसीं किसी नूं पैकेज दे दिता, क्यों पैकेज करते हो तुसीं, किहदे वास्ते? तुहाडे च कैपेबिलिटी नहीं है जां तुहाडे च कोई कमी है तां तुसीं किसी नाल पैकेज कर रहे हो? अगर तुहाडे च कोई कमी नहीं है, तुहाडी डॉक्यूमेंटेशन ठीक है, तुहाडे फाइनैंशियल ठीक ने, तुसीं इंटरव्यू दे सकते हो, पैकेज कहदे लई कर रहे हो? ऐसा कुछ नहीं है कि पैकेज दे विच श्योरिटी है, कोई श्योरिटी नहीं है किसी की पैकेज दे विच। बिल्कुल दर्शको, सो बहुत इहो जिहियां गल्लां हुंदियां जिन्हां नूं लैके तुहानूं आप अवेयर होने की बहुत ही ज़्यादा जरूरत है। सो यही अवेयरनैस लैके आउंदा साडा इह शो जिसका नाम है इमीग्रेशन अपडेट्स। तो अज इस शो दे विच असीं बहुत इहो जिहियां गल्लां बारे तुहानूं दस्सिया जिहड़ियां कि बहुत जरूरी हुंदियां ने तुहाडे तक पहुँचनियां ते तुहानूं जानणियां, क्योंकि हुण लाजमी जी गल है जिहड़े बच्चे अपने स्कूल या कॉलेजेस तों उठ के बाहर आए ने उहनां नूं बाहरला माहौल नहीं पता, उहनां नूं नहीं पता कि मार्केट दे विच किस तरहां दे कंसल्टेंट्स बैठे ने, किहड़ी कंट्रीज़ दे की रूल्स ने, की रेगुलेशनस ने। सो इह शो तुहानूं अवेयर करवाउंदा है, सो की वॉचिंग दिस शो, इस शो दे राहीं तुहानूं बहुत इनफॉर्मेशन मिलन वाली है। फिलहाल जी असीं वेलकम स्टूडेंट सर्विसिज की गल कर लिए, तो जोगा जी किस तरह की सर्विसिज तुसीं प्रोवाइड करवा रहे हो स्टूडेंट्स? स्टूडेंट्स नूं असीं जिस तरह की उन्हां दी इंटरव्यू प्रिपरेशन है जी, वह है जिहड़े भी कॉलेज उन्होंने जाना है बच्चों ने उन्हां नाल पूरा डिस्कस किया जाता, हाँ जी तुहानूं आ कॉलेजेस मिलणगे, तुसीं इस कोर्स दे विच जा रहे हो, मेरी कंपनी किसी भी लालच दे विच बच्चे नूं ये नहीं कहिंदी कि तुसीं इस कोर्स ते जाओ इस ना जाओ। मेरा फस्ट ऑफ ऑल क्वेश्चन एक ही स्टूडेंट कोल हुंदा है, जे स्टूडेंट नूं कोई भी होवे मैनूं मिल के जाए, मैं ये नहीं कहिंदा मैं ऑफिस नहीं हां, तुसीं मेरे को टाइम लैके मैनूं जदों मर्जी मिलना सकदे हो, नो प्रॉब्लम। स्टूडेंट्स नूं मेरी कंपनी जिहड़ी है वेलकम स्टूडेंट सर्विसिज, इंटरव्यू प्रिपरेशन, असी किसी भी स्टूडेंट नाल ये नहीं है कि तू उस कोर्स चले जाओ, तुसीं उस कोर्स चले जाओ, नहीं। फस्ट ऑफ ऑल मैं कहना तुसी मेरे को पुछ के जाओ, उस तो बाद तुसी अपने पेरेंट्स नाल सलाह करो, ताड़ा कोई नॉन बार रहिंदा है उहदे नाल सलाह करो, जां जिथे तुसी जाना चाहते उन्हां को पुछो, मैं ये कोर्स मैनू मेरा कंसल्टेंट दस रहा जी कि मैनू इस कोर्स का उत्थे कोई बेनीफिट मिलेगा, कल नूं मैं उत्थे जाना इस कोर्स का मैनू की फायदा मिलेगा, इस जॉब अपॉर्चुनिटीज की ने, और कल नूं मैं इस कोर्स नूं करन तों बाद मैनू पी आर की किन्नी क ज़्यादा चांस है। साडा फर्ज है तुहानूं प्रोपर गाइडनेंस देना, बट तुसी आप भी इस चीज़ लई अवेयर रहो, साडा फर्ज है तुहानूं समझाना, बट तुसी आप भी उस चीज़ लई अवेयर रहो, क्योंकि छवी जिहड़ा स्टूडेंट हुंदा है वह जस्ट एक शीशा हुंदा है, उहनूं कुछ नहीं ब्लैंक हुंदा, उहनूं कुछ नहीं पता हुंदा, उहनूं तो यह है मैं प्लस टू कर ली और जस्ट पासपोर्ट चुकया, आईलैट्स कर लिए, मैं बाहर जाना, मैं ये नहीं कहता तुम बाहर ना जाओ, बाहर जाओ बट वधिया तरीके ना जाओ, प्रोपर चैनल जाओ, अपना पैसा खराब ना करो जी। बिल्कुल दर्शको, सो अज दे शो दे विच इन्ना ही, इसे दे नाल जोगा जी शो ते आउण दे लई तुहाडा बहुत बहुत धन्नवाद। सत श्री अकाल जी सारयां नूं, दर्शको इसे दे नाल मैनूं यानी कि छवीं तों इजाजत, असीं मुड़ के हाजिर होवांगे इसे शो ते इसे वेले, धन्नवाद। Thank you.